ਇਕੱਠੀ ਤੁਹਾਡੇ ਵਿਆਹਤਾ ਜੀਵਨ ਚ ਪ੍ਰੋਬਲਮ ਆਊਗੀ ਕਿਉਂਕਿ ਓਵਰਲੈਪਿੰਗ ਹੋ ਗਈ ਨਾ ਇੱਥੇ, ਓਵਰਲੀ ਅਟੈਚਡ ਆ ਉਹ, ਰਾਈਟ। ਹੁਣ ਆਪਾਂ ਦੇਸੀ ਤਰੀਕੇ ਵਰਤਣੇ ਆ, ਤੂੰ ਯਾਰ ਕਿਉਂ ਫੋਨ ਕਰਦੀ ਆ ਆਪਣੀ ਮਾਂ ਨੂੰ, ਉਹ ਤਾਂ ਪਹਿਲਾਂ ਹੀ ਓਵਰਲੀ ਅਟੈਚਡ ਆ, ਉਹਨੂੰ ਤਾਂ ਗੁੱਸਾ ਆਉਣਾ ਹੀ ਆਉਣਾ ਵੀ ਤੂੰ ਮੇਰੀ ਮਾਂ ਨੂੰ ਰੁਕਣਾ ਚਾਹਨਾ ਮੇਰੇ ਨਾਲੋਂ, ਉਹਨੇ ਤਾਂ ਲੜਨਾ ਹੀ ਆ ਤੁਹਾਡੇ ਨਾਲ। ਹੁਣ ਟੈਕਨੀਕਲੀ ਤਾਂ ਤੁਸੀਂ ਰਾਈਟ ਹੋ, ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੂੰ ਕਿਉਂ ਇੰਨੇ ਫੋਨ ਕਰਦੀ ਆ ਇੱਕ ਦੂਸਰੇ ਨੂੰ, ਲੈ ਕੇ ਵਟ ਇਜ਼ ਇਟ ਵੀ ਤੂੰ ਆਟਾ ਗੁੰਨਦੀ ਤਾਂ ਤੂੰ ਫੋਨ ਕਰ ਲੈਂਦੀ ਆ, ਤੂੰ ਰੋਟੀ ਬਣਾਉਂਦੀ ਤਾਂ ਤੂੰ ਫੋਨ ਕਰ ਲੈਂਦੀ ਆ, ਜਦੋਂ ਦੇਖਦਾ ਤੂੰ ਆਪਣੀ ਮਾਂ ਦੇ ਨਾਲ ਹੀ ਲੱਗੀ ਹੁੰਦੀ ਆ ਟੈਲੀਫੋਨ 'ਤੇ, ਵਟ ਆਰ ਯੂ ਰੋਂਗ ਵਿਦ ਯੂ। ਉਹ ਉਲਟਾ ਦੇਖਦੀ ਆ ਇਹਨੂੰ ਕਿਉਂਕਿ ਉਹਦੀ ਓਵਰਲੀ ਅਟੈਚਡ ਆ, ਉਹ ਸੋਚਦੀ ਆ ਵੀ ਇਹ ਮੈਨੂੰ ਮੇਰੀ ਮਾਂ ਨਾਲੋਂ ਦੂਰ ਕਰਦਾ, ਉਹ ਬੈਕਫਾਇਰ ਹੁੰਦਾ, ਉਹ ਹੁਣ ਜਿੱਥੇ ਨਹੀਂ ਲੜਾਈ ਹੋਣੀ ਸੀ ਉੱਥੇ ਹੁਣ ਲੜਾਈ ਹੋਊ ਕਿਉਂਕਿ ਓਵਰਲੀ ਅਟੈਚਡ ਹੋ ਗਿਆ ਨਾ ਉਹ। ਇਸ ਕਰਕੇ ਇਹ ਬਹੁਤ ਜ਼ਰੂਰੀ ਆ, ਔਰ ਜੇ ਆਪਾਂ ਇਸ ਚੀਜ਼ ਨੂੰ ਆਪਾਂ ਸਮਝੀਏ, ਸੋ ਇੱਕ ਸੋਸ਼ਲ ਵਰਕਰ ਜਾਂ ਇੱਕ ਮੈਰਿਜ ਕਾਉਂਸਲਰ ਕੀ ਕਰਦਾ, ਉਹ ਆਹ ਜਿਹੜੀ ਅਟੈਚਮੈਂਟ ਆ ਉਹਨੂੰ ਖੋਲ੍ਹ ਕੇ ਰੱਖਦਾ ਦੋਨੋਂ ਧਿਰਾਂ ਦੇ ਸਾਹਮਣੇ ਵੀ ਤੁਹਾਡੀ ਅਟੈਚਮੈਂਟ ਕਿਹਦੇ ਨਾਲ ਜ਼ਿਆਦੇ ਆ। ਇਹ ਕੋਈ ਜ਼ਰੂਰੀ ਨਹੀਂ ਵੀ ਰਿਲੇਟਿਵ ਨਾਲ ਹੀ ਤੁਹਾਡੀ ਓਵਰਲੈਪਿੰਗ ਬਾਉਂਡਰੀਜ਼ ਕਰਨ, ਇਹ ਕਿਸੇ ਨਾਲ ਵੀ ਕਰ ਸਕਦੇ ਹੋ ਤੁਸੀਂ, ਫਰੈਂਡਸ ਨਾਲ ਵੀ ਕਰ ਸਕਦੇ ਹੋ। ਹੁਣ ਕੋਈ ਆਦਮੀ ਆ ਹਸਬੈਂਡ ਆ ਉਹਦੀ ਓਵਰਲੈਪਿੰਗ ਕਿਸੇ ਦੋਸਤ ਨਾਲ ਆ, ਹੁਣ ਵਾਈਫ ਇੱਥੇ ਆ, ਵਾਈਫ ਕਹਿੰਦੀ ਆ ਯਾਰ ਇਹ ਤਾਂ ਮਤਲਬ ਕਿ ਇਹਦੇ ਨਾਲ ਤਾਂ ਇੰਨਾ ਕਲੋਜ਼ ਆ, ਇਹਦੇ ਨਾਲ ਤਾਂ ਸਾਰਾ ਕੁਝ ਸਾਂਝਾ ਕਰੀ ਜਾਂਦਾ ਅਤੇ ਮੇਰੇ ਨਾਲ ਕਰਦਾ ਹੀ ਨਹੀਂ, ਦੈਟ ਆਲਸੋ ਹੈਪਨਸ। ਸੋ ਕੁਸ਼ਚਨ ਆਪਾਂ ਨੂੰ ਇਹ ਦੇਖਣਾ ਪੈਣਾ ਵੀ ਜੇ ਆਹ ਪ੍ਰੋਬਲਮਸ ਹੈਗੀਆਂ ਸਾਡੇ ਕੋਲ, ਐਬਿਲਿਟੀ ਹੈਗੀ ਆ ਐਨਾਲਿਸਿਸ ਕਰਨ ਦੀ, ਅਤੇ ਜੇ ਅਸੀਂ ਕਰ ਲਈ ਹੁਣ ਕਰਨਾ ਕੀ ਆ, ਹੁਣ ਐਕਸ਼ਨ ਕੀ ਲੈਣੇ ਆ। ਜਿਹੜੇ ਐਕਸ਼ਨ ਆਪਾਂ ਲੈਂਦੇ ਹਾਂ ਵੀ ਤੂੰ ਨਾ ਫੋਨ ਕਰ ਉਹਨੂੰ, ਨਾ ਇੰਨਾ ਜਾ ਆਪਣੇ ਹੋਰ ਵੀ ਜ਼ਿੰਦਗੀ ਹੈਗੀ ਆ, ਉਹ ਤਾਂ ਇਸ ਚੀਜ਼ ਨੂੰ ਡਿਫਰੈਂਟਲੀ ਲੈ ਰਹੀ ਆ ਕਿਉਂਕਿ ਉਹ ਤਾਂ ਆਲਰੇਡੀ ਓਵਰਲੀ ਅਟੈਚਡ ਆ। ਹੁਣ ਲੜਾਈ ਹੋਊਗੀ ਤੁਹਾਡੀ ਜੇ ਤੁਸੀਂ ਉਹਨੂੰ ਮਨਾ ਕੀਤਾ ਤਾਂ, ਇਹਦਾ ਮਤਲਬ ਉਸ ਵਾਈਫ ਦੀ ਜਾਂ ਕਿਸੇ ਦੀ ਵੀ, ਆਦਮੀ ਦੀ ਵੀ ਹੋ ਸਕਦੀ ਆ, ਵਾਈਫ ਦੀ ਵੀ ਹੋ ਸਕਦੀ ਆ, ਕਿਸੇ ਦੀ ਵੀ ਹੋ ਸਕਦੀ ਆ, ਉਹਨਾਂ ਦੀ ਜਿਹੜੀ ਅਟੈਚਮੈਂਟ ਆ ਉਹ ਨੋਰਮਲ ਨਹੀਂ। ਹਰ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਡਿਸਟੈਂਸ ਹੋਣਾ ਚਾਹੀਦਾ, ਆਹ ਹਸਬੈਂਡ ਵਾਈਫ ਦੇ ਵਿੱਚ ਵੀ ਡਿਸਟੈਂਸ ਹੋਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਓਵਰਲੈਪ ਕਰਦੇ ਹੋ ਫਿਰ ਆਪਾਂ ਨੂੰ ਖਿਝ ਆਉਂਦੀ ਆ। ਹਾਂ ਤੁਸੀਂ ਉਹਦੇ ਏਰੀਏ 'ਚ ਆਏ ਲੈ, ਹੁਣ ਤੁਸੀਂ ਵਾਇਲੇਟ ਕਰ ਰਹੇ ਹੋ ਇੱਕ ਦੂਜੇ ਨੂੰ। ਇਸ ਕਰਕੇ ਥੋੜ੍ਹਾ ਜਿਹਾ ਹੈਲਦੀ ਹੁੰਦਾ ਰਿਲੇਸ਼ਨਸ਼ਿਪ ਜੇ ਹਸਬੈਂਡ ਵਾਈਫ ਇੱਕ ਦੂਜੇ ਨੂੰ ਟਾਈਮ ਦੇਣ। ਇਸੇ ਤਰ੍ਹਾਂ ਹੀ ਵਾਈਫ ਦਾ ਰਿਲੇਸ਼ਨਸ਼ਿਪ ਹੋਰਾਂ ਨਾਲ ਵੀ ਥੋੜ੍ਹਾ ਜਿਹਾ ਡਿਸਟੈਂਸ 'ਤੇ ਹੋਵੇ, ਹਸਬੈਂਡ ਦਾ ਰਿਲੇਸ਼ਨਸ਼ਿਪ ਵੀ ਹੋਰਾਂ ਨਾਲ ਥੋੜ੍ਹਾ ਜਿਹਾ ਡਿਸਟੈਂਸ 'ਤੇ ਹੋਵੇ। ਲੇਕਿਨ ਜਦੋਂ ਜੁੜ ਜਾਂਦੇ ਆ ਜਾਂ ਉੱਤੇ ਆ ਜਾਂਦਾ ਸਰਕਲ ਦੂਸਰੇ ਦੇ, ਇਹਦਾ ਮਤਲਬ ਓਵਰਲੀ ਅਟੈਚਡ ਹੋ ਤੁਸੀਂ। ਹੁਣ ਓਵਰਲੀ ਅਟੈਚਡ ਹੋ ਤਾਂ ਹੁਣ ਤੁਹਾਡੇ ਕੋਲ ਤੁਸੀਂ ਐਜ਼ ਏ ਹਸਬੈਂਡ, ਕਿਉਂਕਿ ਤੁਸੀਂ ਇਮੋਸ਼ਨਸ ਪਾਉਂਦੇ ਹੋ, ਤੁਸੀਂ ਉਹਨੂੰ ਇਹ ਨੋਟ ਕਰ ਬਿਲਕੁਲ ਠੀਕ ਰਹੇ ਹੋ, ਜਦੋਂ ਤੁਸੀਂ ਉਹਨੂੰ ਕਹਿੰਦੇ ਹੋ ਵੀ ਯਾਰ ਕਿਉਂ ਫੋਨ ਕਰੀ ਜਾਂਦੀ ਆ ਤੂੰ ਇੰਨਾ, ਕਿਉਂ ਤੂੰ ਮਤਲਬ ਕਿ ਹਰ ਗੇੜਾ ਜਿਹਾ ਕੱਢ ਕੇ ਮਦਰ ਕੋਲ, ਹਰ ਗੇੜਾ ਜਿਹਾ ਕੱਢ ਕੇ ਮਦਰ ਕੋਲ, ਕਦੇ ਬੱਚੇ ਛੱਡਦੀਆਂ, ਕਦੇ ਆਹ ਪਾਉਂਦੀਆਂ, ਵੀ ਹੋਰ ਵੀ ਜ਼ਿੰਦਗੀ ਆ, ਕਹਿੰਦੇ ਤਾਂ ਠੀਕ ਹੋ ਲੇਕਿਨ ਉਹ ਇਹਨੂੰ ਡਿਫਰੈਂਟਲੀ ਲੈਂਦੀ ਆ, ਉਹ ਸੋਚਦੀ ਆ ਪਤਾ ਨਹੀਂ ਮੈਨੂੰ ਤੋੜਨਾ ਚਾਹੁੰਦਾ। ਜਿਵੇਂ ਇੱਕ ਛੋਟੇ ਬੱਚੇ ਨੂੰ ਜਦੋਂ ਪਹਿਲੀ ਵਾਰੀ ਸਕੂਲ ਭੇਜੋ, ਉਹ ਉਦੋਂ ਤੱਕ ਤਾਂ ਠੀਕ ਆ ਕਈ ਵਾਰੀ, ਅਤੇ ਜਦੋਂ ਉਹਨੂੰ ਐਕਚੁਅਲੀ ਪਤਾ ਲੱਗਦਾ ਵੀ ਮੈਂ ਇਹਨੂੰ ਹੁਣ ਛੱਡ ਕੇ ਚਲੇ ਜਾਣਗੇ, ਫਿਰ ਉਹ ਰੋਂਦਾ, ਫਿਰ ਉਹ ਟੀਚਰ ਕਹਿੰਦੇ ਕੋਈ ਨਹੀਂ ਇਹ ਹਟ ਜੂਗਾ, ਇਹਨੂੰ ਰੋ ਲੈਣ ਦਿਓ, ਕਿਉਂਕਿ ਉਹਨੂੰ ਖੋਜ ਹੀ ਪੈਂਦੀ ਆ ਨਾ ਵੀ ਮੇਰੇ ਮਾਂ ਪਿਓ ਪਤਾ ਨਹੀਂ ਚਲੇ ਜਾਣਗੇ, ਪਤਾ ਨਹੀਂ ਮੈਨੂੰ ਪਿੱਕ ਕਰਨਗੇ ਕਿ ਨਹੀਂ, ਉਹ ਖੋਜ ਹੀ ਉਹਨੂੰ ਪੈਂਦੀ ਆ ਤੁਹਾਡੀ ਵਾਈਫ ਨੂੰ ਵੀ, ਜਾਂ ਜਿਹੜੇ ਬੰਦੇ ਦੀ ਓਵਰਲੀ ਅਟੈਚ ਆ ਉਹਨੂੰ ਖੋਹ ਪੈਂਦੀ ਆ ਵੀ ਮੇਰੇ ਤੋਂ ਦੂਰ ਕਰਦਾ, ਮੇਰੇ ਤੋਂ ਦੂਰ ਕਰਦਾ, ਉਹਨੂੰ ਖੋਹ ਪੈਂਦੀ ਆ ਕਿਉਂਕਿ ਉਹ ਜਿਹੜੇ ਬਹੁਤ ਜ਼ਿਆਦਾ ਜੁੜਿਆ ਹੋਇਆ, ਇੰਨਾ ਵੀ ਜੁੜਨ ਦੀ ਲੋੜ ਨਹੀਂ ਗੀ, ਯਾਨੀ ਆਪਾਂ ਕਲੋਜ਼ ਹੋਈਏ ਲੇਕਿਨ ਇੰਨਾ ਵੀ ਨਹੀਂ ਗਾ ਕਿ ਸੁਪਰ ਇੰਪੋਜ਼ ਹੀ ਹੋਈਏ। ਸੋ ਇੱਕ ਚੀਜ਼ ਤਾਂ ਇਹ ਬਹੁਤ ਮਤਲਬ ਕਿ ਧਿਆਨ 'ਚ ਰੱਖਣੀ ਚਾਹੀਦੀ ਆ ਵੀ ਦਿਸ ਇਜ਼ ਹਾਊ ਇਟ ਇਜ਼। ਸੋ ਜੇ ਆਪਾਂ ਇਹਨੂੰ ਦੇਖ ਲਈਏ ਫਿਰ ਆਪਣਾ ਐਨਾਲਿਸਿਸ ਡਿਫਰੈਂਟਲੀ ਹੋਊਗਾ, ਆਪਣੇ ਐਕਸ਼ਨਸ ਡਿਫਰੈਂਟ ਹੋਣਗੇ। ਸੋ ਰਾਦਰ ਦੈਨ, ਸੋ ਹੁਣ ਇਹਦਾ ਸੋਲਿਊਸ਼ਨ ਕੀ ਹੈ, ਇਹਦਾ ਸੋਲਿਊਸ਼ਨ ਵੀ ਮੈਂ ਦੇ ਦਾਂ ਡਿਫਰੈਂਟ ਮਾਰਕਰ ਲੈ ਕੇ। ਰਾਦਰ ਦੈਨ ਤੁਸੀਂ ਆਪਣੀ ਵਾਈਫ ਨੂੰ ਕਹੋ ਵੀ ਤੂੰ ਆਪਣੀ ਮਾਂ ਨੂੰ ਇੰਨੇ ਫੋਨ ਨਾ ਕਰ, ਇਹ ਕਹਿਣ ਦੀ ਬਜਾਏ ਤੁਸੀਂ ਕਹੋ ਵੀ ਤੂੰ ਮੇਰੇ ਨਾਲ ਚੱਲਣਾ, ਲੈਟਸ ਗੋ ਸਮਵੇਅਰ। ਕਿਉਂਕਿ ਜਦ ਤੱਕ ਤੁਸੀਂ ਆਪਣਾ ਰਿਲੇਸ਼ਨਸ਼ਿਪ ਉਹਦੇ ਨਾਲ ਕਲੋਜ਼ ਨਹੀਂ ਬਣਾਉਂਦੇ, ਉਹਨੇ ਉੱਧਰੋਂ ਦੂਰ ਨਹੀਂ ਹੋਣਾ, ਕਹਿ ਕੇ ਨਹੀਂ ਦੂਰ ਕਰਾਇਆ ਜਾ ਸਕਦਾ ਕਿਸੇ ਨੂੰ। ਤੁਸੀਂ ਤੁਹਾਡੇ ਕੋਲ ਇੱਕੋ ਹੀ ਟੈਕਨੀਕ ਬਚ ਗਈ ਕਿ ਤੁਸੀਂ ਆਪਣਾ ਰਿਲੇਸ਼ਨਸ਼ਿਪ ਉਹਦੇ ਨਾਲ ਮਜ਼ਬੂਤ ਕਰੋ, ਇਹ ਕ੍ਰਿਟੀਸਾਈਜ਼ ਕਰਨ ਦੀ ਬਜਾਏ ਵੀ ਤੂੰ ਕਿਸੇ ਹੋਰ ਨੂੰ ਕਿਉਂ ਫੋਨ ਕਰੀ ਜਾਂਦੀ ਆ, ਤੁਹਾਨੂੰ ਬਿਗਰ ਪਰਸਨ ਹੋਣਾ ਪਊਗਾ, ਯੂ ਹੈਵ ਟੂ ਬੀ ਦਾ ਬਿਗਰ ਪਰਸਨ। ਜਿਵੇਂ ਤੁਸੀਂ ਕਹਿੰਦੇ ਸੀਗੇ ਵੀ ਹਉਮੈ ਛੱਡੋ,
ਤੁਸੀਂ ਕਹਿੰਦੇ ਸੀ ਨਾ ਉਦੋਂ ਵੀ ਹਉਮੈ ਛੱਡੋ, ਮੈਂ ਛੱਡੋ, ਹੁਣ ਹਉਮੈ ਛੱਡਣੀ ਪੈਣੀ ਆ ਵੀ ਇਟਸ ਓਕੇ, ਦਿਸ ਇਜ਼ ਹਾਊ ਸ਼ੀ ਇਜ਼, ਆਈ ਬੈਟਰ ਡੂ ਸਮਥਿੰਗ ਡਿਫਰੈਂਟ। ਕਿਉਂਕਿ ਸਿੱਧਾ ਤਾਂ ਵਰਕ ਕਰ ਹੀ ਨਹੀਂ ਰਿਹਾ, ਉਹ ਤਾਂ ਆਪਾਂ ਟੈਕਨੀਕ ਟਰਾਈ ਕਰਕੇ ਦੇਖ ਲਈ, ਵੀ ਹੈਵਨਟ ਬੀਨ ਏਬਲ ਟੂ ਡੂ ਇਟ। ਸੋ ਹੁਣ ਆਪਾਂ ਨੂੰ ਇਹ ਕਰਨਾ ਪਊਗਾ, ਲੈਟਸ ਸਪੈਂਡ ਸਮ ਟਾਈਮ ਵਿਦ ਹਰ, ਲੈਟਸ ਟੇਕ ਹਰ ਆਊਟ, ਲੈਟਸ ਡੂ ਸਮ ਪਿਕਨਿਕ, ਲੈਟਸ ਡੂ ਸਮਥਿੰਗ ਟੁਗੈਦਰ, ਆਪਾਂ ਆਪਸ ਵਿੱਚ ਕਰੀਏ ਤਾਂ ਕਿ ਉਹਨੂੰ ਇਹ ਅਹਿਸਾਸ ਹੋਵੇ ਕਿ ਦਿਸ ਇਜ਼ ਇਟ। ਇੱਕ ਤਾਂ ਟੈਕਨੀਕ ਇਹ ਆ, ਸੈਕਿੰਡ ਟੈਕਨੀਕ ਜੇ ਇਹ ਨਾ ਵਰਕ ਕਰੇ, ਇਹ ਕੋਈ ਜ਼ਰੂਰੀ ਨਹੀਂ ਵੀ ਇਹ ਵਰਕ ਕਰ ਜੂ ਟੈਕਨੀਕ, ਇਹ ਤਾਂ ਆਪਾਂ ਕਹਿ ਰਹੇ ਹਾਂ ਪਰ ਹੋ ਸਕਦਾ ਨਾ ਵਰਕ ਕਰੇ, ਫਿਰ ਤੁਸੀਂ ਕਾਉਂਸਲਿੰਗ ਕੋਲ ਜਾਓ। ਉਹ ਨਹੀਂ ਜਾਂਦੀ ਕੋਈ ਫਰਕ ਨਹੀਂ, ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਵੀ ਤੂੰ ਚੱਲ, ਉਹਨੂੰ ਕਹਾ ਵੀ ਮੈਂ ਸਮਝਣਾ ਚਾਹੁੰਦਾ ਵੀ ਵਟ ਵੇਅਰ ਇਟ ਇਜ਼, ਮੈਂ ਜਾ ਰਿਹਾ ਕਾਉਂਸਲਰ ਕੋਲ। ਸੋ ਆਪਾਂ ਨੇ ਬੇਸਿਕਲੀ ਇਹ ਦੇਖਣਾ ਕਿ ਅਸੀਂ ਕਾਉਂਸਲਰ ਕੋਲ ਜਾ ਕੇ ਕੁਛ ਸਿੱਖ ਸਕਦੇ ਹਾਂ। ਅਗੇਨ ਆਪਾਂ ਨੂੰ ਵੀ ਹੈਵ ਟੂ ਬੀ ਦਾ ਬਿਗਰ ਪਰਸਨ, ਆਪਾਂ ਕਹਿੰਦੇ ਵੀ ਓਕੇ ਲੈਟ ਮੀ ਲਰਨ ਸਮ ਟੈਕਨੀਕਸ, ਮੈਂ ਸੋਚ ਦੇਖਾਂ ਕਾਉਂਸਲਰ ਕੋਲੋਂ ਵੀ ਉਹ ਤਾਂ ਆਏ ਨਹੀਂ ਕਰਦੀ, ਮੈਂ ਕੀ ਚੀਜ਼ ਕਰ ਸਕਦਾ ਡਿਫਰੈਂਟ ਜਿਹਦੇ ਨਾਲ ਮੇਰਾ ਘਰ ਬਚਿਆ ਰਹੇ, ਕਿਉਂਕਿ ਕੁਸ਼ਚਨ ਤਾਂ ਆਪਾਂ ਘਰ ਬਚਾਉਣ ਦੀ ਕਰ ਰਹੇ ਹਾਂ ਨਾ, ਵੀ ਆਰ ਟਰਾਇੰਗ ਟੂ ਸੇਵ ਆਵਰ ਹੋਮ, ਵੀ ਇਹ ਤੋਂ ਪਹਿਲਾਂ ਕਿ ਡਿਵੋਰਸ ਹੋ ਜਾਏ ਜਾਂ ਘਰ ਟੁੱਟ ਜਾਏ ਜਾਂ ਇਹ ਹੋ ਜਾਏ, ਵੀ ਆਰ ਟਰਾਇੰਗ ਟੂ ਸੇਵ। ਸੋ ਆਹ ਜਿਹੜੀਆਂ ਟੈਕਨੀਕਸ ਆ, ਫਿਰ ਤੁਹਾਨੂੰ ਕਾਉਂਸਲਰ ਵੀ ਸਰਟਨ ਡਿਫਰੈਂਟ ਟੈਕਨੀਕਸ ਦੇ ਸਕਦਾ ਵੀ ਓਕੇ ਆਹ ਟਰਾਈ ਕਰਕੇ ਦੇਖ, ਆਹ ਟਰਾਈ ਕਰਕੇ ਦੇਖ, ਰਾਈਟ। ਜੇ ਤੁਸੀਂ ਉਹਦੇ ਮਤਲਬ ਕਿ ਉਹਦਾ ਜਿਹੜੀ ਸੋਚ ਆ, ਉਹਦੀ ਸੋਚ ਸਮਝ ਆ, ਕਿਸ ਤਰੀਕੇ ਨਾਲ ਉਹ ਚੱਲਣਾ ਚਾਹੁੰਦੀ ਆ, ਕਿਹੜੀਆਂ ਉਹਦੀਆਂ ਸਟਰੈਂਗਸ ਆ, ਕਿਹੜੀਆਂ ਉਹਦੀਆਂ ਵੀਕਨੈਸਿਸ ਆ, ਕਿਸ ਤਰੀਕੇ ਨਾਲ ਤੁਸੀਂ ਵਿਚਰਨਾ, ਕਿਹੜੀ ਚੀਜ਼ ਕਹਿਣ ਨਾਲ ਕਲੋਜ਼ ਹੁੰਦੀ ਆ, ਵਟ ਇਜ਼ ਇਟ ਦੈਟ ਵੀ ਕੈਨ ਡੂ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਫਿਰ ਤੁਹਾਡੀਆਂ ਅਨੈਲਿਸਿਸ ਦੇ ਵਿੱਚ ਆਉਂਦੀਆਂ, ਫਿਰ ਤੁਸੀਂ ਐਕਸ਼ਨ ਲੈ ਸਕਦੇ ਹੋ, ਫਿਰ ਐਕਸ਼ਨ ਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ। ਦੋਜ਼ ਆਰ ਸਮ ਆਫ ਦਾ ਥਿੰਗਸ ਦੈਟ ਯੂ ਕੈਨ ਡੂ ਇਨ ਆਰਡਰ ਟੂ ਸੋਲਵ। ਕਈ ਵਾਰੀ ਇੱਕ ਦੂਸਰੀ ਟੈਕਨੀਕ ਆ, ਤਾਂ ਥਰਡ ਟੈਕਨੀਕ ਜਿਹੜੀ ਮੈਂ ਕਹਿਣੀ ਚਾਹੁੰਦਾ ਉਹ ਹੈਗੀ ਆ ਇਨਡਾਇਰੈਕਟ ਪ੍ਰੋਬਲਮ ਸੋਲਵਿੰਗ। ਫਰਜ਼ ਕਰ ਲਓ ਹਸਬੈਂਡ ਵਾਈਫ ਦੀ ਪ੍ਰੋਬਲਮ ਆ, ਤੁਸੀਂ ਬੱਚਿਆਂ ਨੂੰ ਜ਼ਿਆਦਾ ਧਿਆਨ ਦੇ ਕੇ ਤੁਸੀਂ ਬੱਚਿਆਂ ਨੂੰ ਸੌਕਰ 'ਤੇ ਲੈ ਜਾਓ, ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਸ਼ੁਰੂ ਕਰ ਦਿਓ, ਘਰ 'ਚ ਕੁਛ ਹੋਰ ਕਰਨਾ ਸ਼ੁਰੂ ਕਰ ਦਿਓ ਜਿਹਦੇ ਨਾਲ ਕਿ ਉਹਨੂੰ ਲੱਗੇ ਕਿ ਯੈਸ ਮਾਈ ਹਸਬੈਂਡ ਇਜ਼ ਪੁਟਿੰਗ ਇਨ ਸਮ ਐਫਰਟ, ਜਿਹੜਾ ਵਿਜ਼ੀਬਲ ਹੋਵੇ, ਜਿਹੜਾ ਐਬਸੋਲੂਟਲੀ ਵਿਜ਼ੀਬਲ ਹੋਵੇ। ਕਿਉਂ? ਕਿਉਂਕਿ ਅਲਟੀਮੇਟਲੀ ਤੁਸੀਂ ਬਿਗਰ ਪਰਸਨ ਹੋ ਕੇ ਤੁਸੀਂ ਉਹ ਘਰ ਬਚਾਉਣਾ, ਤੁਸੀਂ ਤੋੜਨਾ ਨਹੀਂ ਘਰ। ਇਹ ਨਹੀਂ ਕਹਿ ਸਕਦੇ ਵੀ ਤੂੰ ਤਾਂ ਸਾਰਾ ਦਿਨ ਘਰੇ ਰਹਿੰਦੀ ਆ, ਹੁਣ ਮੈਂ ਕੰਮ ਵੀ ਕਰਾਂ ਅਤੇ ਮੈਂ ਘਰ 'ਚ ਆ ਕੇ ਭਾਂਡੇ ਵੀ ਮਾਂਜਾਂ, ਵੀ ਵਟ ਇਜ਼ ਦਿਸ? ਪਰ ਕਿਉਂਕਿ ਤੁਸੀਂ ਬਿਗਰ ਪਰਸਨ ਹੋ, ਯੂ ਨੀਡ ਟੂ ਸੇਵ ਦੈਟ ਹਾਊਸ, ਨਹੀਂ ਤਾਂ ਟੁੱਟਿਆ ਤਾਂ ਹੈਗਾ ਹੀ ਆ ਉਹ। ਫਿਰ ਵਟ ਕੈਨ ਯੂ ਡੂ ਟੂ ਸੇਵ ਦਿਸ? ਔਰ ਟੈਂਪਰੇਰੀਲੀ ਅਗਰ ਆਪਾਂ ਨੂੰ ਕੁਛ ਕਰਕੇ ਇਹ ਅਹਿਸਾਸ ਦਵਾਇਆ ਜਾ ਸਕਦਾ ਕਿ ਯੈਸ ਵੀ ਕੈਨ ਬੀ ਟੂਗੈਦਰ, ਅਤੇ ਜੇ ਉਹਦੀ ਥਿੰਕਿੰਗ ਇਉਂ ਵੀ ਚੇਂਜ ਕੀਤੀ ਜਾ ਸਕਦੀ ਹੈ, ਦੈਨ ਡੂ ਇਟ ਇਨ ਡਾਇਰੈਕਟ ਵੇ, ਸਪੈਂਡ ਟਾਈਮ ਵਿਦ ਯੂਅਰ ਚਿਲਡਰਨ। ਉਹਨੂੰ ਕਹਿ ਵੀ ਮੈਂ ਬੱਚਿਆਂ ਨੂੰ ਲੈ ਕੇ ਚੱਲਿਆ, ਜੇ ਉਹ ਕਹਿੰਦੀ ਆ ਮੈਂ ਨਹੀਂ ਜਾਣਾ, ਉਹਨੂੰ ਕਹੋ ਵੀ ਓਕੇ ਦੈਟਸ ਫਾਈਨ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਐਂਡ ਸਪੈਂਡ ਸਮ ਟਾਈਮ ਵਿਦ ਦੈਮ, ਕੁਆਲਿਟੀ ਟਾਈਮ ਵਿਦ ਦੈਮ, ਸੌਕਰ ਖੇਲ ਲਓ, ਲਾਇਬ੍ਰੇਰੀ ਲੈ ਜਾਓ, ਵਟ ਐਵਰ ਯੂ ਕੈਨ ਡੂ ਡੂ ਇਟ ਐਂਡ ਸਟਾਰਟ। ਅਲਟੀਮੇਟਲੀ ਫਿਰ ਉਹ ਰੀਅਲਾਈਜ਼ ਕਰੂਗੀ, ਕਿਸੇ ਨੂੰ ਕਹੂਗੀ, ਆਪਣੀਆਂ ਸਹੇਲੀਆਂ ਨੂੰ ਕਹੂਗੀ, ਕਿਸੇ ਨੂੰ ਕਹੂਗੀ, ਕੋਈ ਤਾਂ ਸਿਆਣੀ ਹੋਊਗੀ ਜਿਹੜੀ ਉਹਨੂੰ ਕਹੂਗੀ ਫਿਰ ਤੂੰ ਕਿਉਂ ਨਹੀਂ ਨਾਲ ਜਾਂਦੀ ਆਪਣੇ ਹਸਬੈਂਡ ਦੇ, ਜੇ ਉਹ ਉਹਨੂੰ ਲੈ ਕੇ ਜਾਂਦਾ ਲਾਇਬ੍ਰੇਰੀ, ਤੂੰ ਕੀ ਕਰਦੀ ਆ? ਮੈਂ ਘਰੇ ਹੁੰਦੀ ਹਾਂ। ਕਿਉਂ? ਕਾਹਤੇ ਹੁੰਦੀ ਹਾਂ ਤੂੰ ਘਰੇ? ਮੈਂ ਭਾਂਡੇ ਮਾਂਜਦੀ ਹਾਂ। ਤਾਂ ਕਿਉਂ, ਜ਼ਰੂਰੀ ਆ ਬਾਅਦ 'ਚ ਨਹੀਂ ਮਾਂਜ ਸਕਦੀ? ਕਹਿਣ ਤੋਂ ਮੇਰਾ ਭਾਵ ਆ, ਕੋਈ ਬੰਦਾ ਤਾਂ ਇਰਦ ਗਿਰਦ ਹੁੰਦਾ ਜਿਹੜਾ ਸਿਆਣਾ ਹੁੰਦਾ, ਜਿਹੜਾ ਉਹਨੂੰ ਇਨਡਾਇਰੈਕਟ ਵੇ ਨਾਲ ਇਹ ਮੈਸੇਜ ਦੇ ਸਕਦਾ ਵੀ ਜੇ ਤੇਰਾ ਹਸਬੈਂਡ ਬੱਚਿਆਂ ਨੂੰ ਬਾਹਰ ਲੈ ਕੇ ਜਾਂਦਾ ਤਾਂ ਤੂੰ ਕਿਉਂ ਨਹੀਂ ਜਾਂਦੀ ਨਾਲ, ਤੂੰ ਕਿੱਥੇ ਹੁੰਦੀ ਆ? ਅਤੇ ਜੇ ਉਹਨੇ ਕਿਹਾ ਵੀ ਮੈਂ ਆਪਣੀ ਮਦਰ ਕੋਲ ਹੁੰਦੀ ਹਾਂ ਜਾਂ ਮੈਂ ਮਦਰ ਨਾਲ ਗੱਲਾਂ ਕਰਨੀਆਂ ਜਾਂ ਮੈਂ ਮਦਰ ਨਾਲ, ਤਾਂ ਉਹ ਕੋਈ ਜ਼ਰੂਰੀ ਆ? ਮਾਂ ਨਾ ਭਾਈ ਫਿਰ ਗੱਲਾਂ ਕਰ ਲਈ, ਤੂੰ ਆਪਣੇ ਹਸਬੈਂਡ ਨਾਲ ਕਿਉਂ ਨਹੀਂ ਟਾਈਮ ਸਪੈਂਡ ਕਰਦੀ? ਆਈ ਥਿੰਕ ਦੋਜ਼ ਆਰ ਸਮ ਵੇਜ਼ ਟੂ ਗੈਟ ਕਨੈਕਟਡ ਇਨ ਵਨ ਵੇ ਸ਼ੇਪ ਐਂਡ ਫੋਰਮ। ਕਲੀਅਰ? ਐਨੀ ਕੁਐਸਚਨਸ? ਹੋ ਸਕਦਾ, ਲੇਕਿਨ ਕੁਐਸਚਨ ਇਹ ਹੈਗਾ, ਆਪਣਾ ਕੁਐਸਚਨ ਇਹ ਆ ਕਿ ਆਪਾਂ ਕਿਹੜੀਆਂ ਚੀਜ਼ਾਂ ਐਸੀਆਂ ਕਰੀਏ ਡਿਸਕਸ਼ਨ ਤੋਂ ਇਲਾਵਾ, ਜਿਹਦੇ ਨਾਲ ਘਰ ਦੇ ਵਿੱਚ ਕੁਛ ਐਕਸ਼ਨਸ ਐਸੇ ਕੀਤੇ ਜਾਣ ਜਿਹਦੇ ਨਾਲ ਉਹਦੇ ਕੋਲ ਕੋਈ ਚਾਂਸ ਨਾ ਰਹਿ ਜਾਵੇ
ਬਲੇਮ ਕਰਨ ਦਾ ਵੀ ਇਹ ਘਰ ਨਹੀਂ ਆਉਂਦਾ, ਇਹ ਆ ਨਹੀਂ ਕਰਦਾ, ਇਹ ਆ ਨਹੀਂ ਕਰਦਾ, ਇਹ ਆ ਨਹੀਂ ਕਰਦਾ। ਇੱਕ ਨੰਬਰ ਇੱਕ ਤਾਂ ਇਹ ਪੁਆਇੰਟ ਬਹੁਤ ਜ਼ਰੂਰੀ ਆ। ਨੰਬਰ ਦੋ ਪੁਆਇੰਟ ਇਹ ਜ਼ਰੂਰੀ ਆ, ਜਿੰਨਾ ਕਿ ਮੈਂ ਸਾਰੇ ਧਰਮਾਂ ਨੂੰ ਪੜ੍ਹ ਕੇ ਸਮਝ ਸਕਿਆ, ਉਹ ਕਹਿੰਦੇ ਵੀ ਤੁਸੀਂ ਗਿਵ ਅਪ ਨਹੀਂ ਕਰ ਸਕਦੇ ਕਿਸੇ